मिनिस्ट्री ऑफ स्किल डिवेलपमेंट ਅਤੇ ਐਂਟਰਪ੍ਰੀਨਿਓਰਸ਼ਿਪ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕੌਂਸਲ ਵਿਕਾਸ ਯੋਜਨਾ ਦੇ ਅਧੀਨ ਪਟਿਆਲਾ ਸਰਹਿੰਦ ਰੋਡ ਤੇ ਸਥਿਤ ਵਿਰਾਸਤ ਇੰਸਟੀਚਿਊਟ ਫਾਰ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪ੍ਰਧਾਨ ਮੰਤਰੀ ਕੌਂਸਲ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਨੌਜਵਾਨਾਂ ਨੂੰ ਵਿਰਾਸਤ ਇੰਸਟੀਚਿਊਟ ਵੱਲੋਂ ਅਨਾਮਡ ਸਕਿਉਰਿਟੀ ਗਾਰਡ ਲੈਵਲ 4 ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇਸ ਵਿਰਾਸਤ ਇੰਸਟੀਚਿਊਟ ਵੱਲੋਂ ਲਗਾਏ ਗਏ ਪ੍ਰਧਾਨ ਮੰਤਰੀ ਕੌਂਸਲ ਮੇਲੇ ਵਿੱਚ ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਇਸ ਇੰਸਟੀਚਿਊਟ ਦੇ ਡਾਇਰੈਕਟਰ B.S. ਥਿੰਨ ਵੱਲੋਂ ਧਰਮਵੀਰ ਗਾਂਧੀ ਨੂੰ ਇੰਸਟੀਚਿਊਟ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਡਾਇਰੈਕਟਰ B.S. ਥਿੰਨ ਨੇ ਦੱਸਿਆ ਕਿ ਇਸ ਸੈਂਟਰ ਵਿੱਚ 30 ਦਿਨਾਂ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਪੂਰੀ ਕਰਵਾਈ ਜਾਂਦੀ ਹੈ। ਉਹ ਮਤਲਬ ਕਿਸੇ ਵੀ ਮਤਲਬ ਤਰ੍ਹਾਂ ਨਾਲ ਜਿਹੜੇ ਇੱਕ ਰਿਕੁਆਇਰਡ ਸਟੈਂਡਰਡਸ ਹੈਗੇ ਆ ਇੰਟਰਨੈਸ਼ਨਲ ਲੈਵਲ ਦੇ ਉਹ ਮੁਹੱਈਆ ਕਰਾਏ ਇਹਨਾਂ ਨੇ ਔਰ ਬੱਚਿਆਂ ਨੂੰ ਬੜੀ ਬਹੁਤ ਬੜੀ ਵਧੀਆ ਟ੍ਰੇਨਿੰਗ ਮਾਡਰਨ ਟੈਕਨੀਕ ਹੈਗੀ। ਸਾਰਾ ਇਕੁਪਮੈਂਟ ਬੜਾ ਮਾਡਰਨ ਹੈਗਾ, ਟੈਕਨੀਕ ਬੜੀ ਮਾਡਰਨ ਹੈਗੀ ਹੈ। ਸੋ ਬੜੇ ਵਧੀਆ ਜਿਹੜੇ ਇਹਨਾਂ ਨੇ ਵਰਕ ਜਿਹੜੇ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਮਾਰਕੀਟ 'ਚ ਭੇਜ ਰਹੇ ਹੈਗੇ ਆ। ਅਤੇ ਇੱਕ ਮੈਂ ਜ਼ਰੂਰ ਖਦਸ਼ਾ ਜ਼ਾਹਰ ਕੀਤੀ ਹੈਗੀ ਹੈ ਕਿ ਬੱਚਿਆਂ ਦੀ ਆਪਾਂ ਟ੍ਰੇਨਿੰਗ 'ਤੇ ਜ਼ੋਰ ਲਾਇਆ, ਇਹਨਾਂ ਨੇ ਮਿਹਨਤ ਕੀਤੀ ਹੈ, ਵਲੰਟੀਅਰ ਜਿਹੜੇ ਆਪਣੇ ਜਿਹੜੇ ਇਹਨਾਂ ਦੇ ਟੀਚਰ ਸਾਹਿਬਾਨ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈਗੀ ਹੈ। ਪਰ ਇਹਨਾਂ ਦੀ ਜਿਹੜੀ ਮਿਹਨਤ ਹੈਗੀ ਉਸ ਲਈ ਮਿਹਨਤ ਤਾਂ ਹੀ ਫਲ ਪਊਗਾ ਜੇਕਰ ਜਿਹੜੀ ਮਾਰਕੀਟ ਹੈਗੀ ਆ ਉਹ ਵੀ ਗੌਰਮੈਂਟ ਪ੍ਰਾਈਵੇਟ ਮਾਰਕੀਟ ਹੈ।